ਜੀਨ ਕਾਲ ਤੋਂ ਹੀ ਮੱਧ ਏਸ਼ੀਆ ਅਤੇ ਯੂਰਪ ਤੋਂ ਅਨੇਕ ਹਮਲਾਵਰ ਭਾਰਤ ਵੱਲ ਮੂੰਹ ਚੱਕ ਕੇ ਆਉਂਦੇ ਰਹੇ ਹਨ ਕਿਉਂਕਿ ਪੰਜਾਬ ਉਹਨਾਂ ਦੇ ਰਾਹ ਵਿੱਚ ਆਉਂਦਾ ਸੀ ਇਸ ਲਈ ਪੰਜਾਬ ਤੇ ਉਹਨਾਂ ਦਾ ਸਭ ਤੋਂ ਵੱਧ ਕਹਿ ਟੁੱਟਦਾ ਸੀ ਉੱਤਰ ਪੱਛਮੀ ਭਾਰਤ ਮੁੱਢ ਤੋਂ ਹੀ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ ਜੋ ਸਦਾ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ ਅਤੇ ਹਮਲਾਵਰ ਦਾ ਇੱਕ ਮੁਠ ਹੋ ਕੇ ਮੁਕਾਬਲਾ ਨਹੀਂ ਸੰਕਰ ਸਕਦੇ ਗੁਰੂ ਜੀ ਦੇ ਪੱਛਮ ਦੀ ਯਾਤਰਾ ਤੋਂ ਮੁੜ ਆਉਣ ਸਮੇਂ ਉੱਤਰ ਭਾਰਤ ਦੇ ਲੋਧੀ ਕਬੀਲੇ ਦੇ ਅਫਗਾਨਾਂ ਦਾ ਰਾਜ ਸੀ ਉਹ ਬਹੁਤ ਸਮਾਂ ਭਾਰਤ ਵਿੱਚ ਸੁੱਖ ਆਰਾਮ ਦਾ ਜੀਵਨ ਬਸਰ ਕਰਨ ਕਰਕੇ ਉਹਨਾਂ ਦੀ ਸ਼ਕਤੀ ਕਮਜ਼ੋਰ ਹੋ ਗਈ ਸੀ ਤਬਾਹੀ ਤੋਂ ਬਚਣ ਲਈ ਸਿਆਲਕੋਟ ਵਾਸੀਆਂ ਨੇ ਬਾਬਰ ਦੀਆਂ ਅਗਾਂ ਵਧ ਰਹੀਆਂ ਫੌਜਾਂ ਸਾਹਮਣੇ ਹਥਿਆਰ ਸੁੱਟ ਦਿੱਤੇ ਪਰ ਸੈਦਪੁਰ ਵਾਲਿਆਂ ਨੇ ਜਿੱਥੇ ਭਾਈ ਲਾਲੋ ਰਹਿੰਦਾ ਸੀ ਉਹਨਾਂ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਲਈ ਹਮਲਾਵਰ ਫੌਜਾਂ ਨੇ ਉੱਥੇ ਸਾੜ-ਫੋਕ ਅਤੇ ਲੁੱਟ-ਖਸੁੱਟ ਮਚਾ ਦਿੱਤੀ ਬੁੱਢੇ ਬੱਚੇ ਅਤੇ ਔਰਤਾਂ ਨੂੰ ਕੈਦ ਕਰਕੇ ਬੜੇ ਤਸੀਹੇ ਦਿੱਤੇ ਜਾ ਰਹੇ ਸਨ ਸੈਦਪੁਰ ਦੀ ਇਹ ਹਾਲ ਸੀ ਜਦ ਗੁਰੂ ਜੀ ਉੱਥੇ ਪਹੁੰਚੇ ਇਹ ਦੁਖਦ੍ਰਿਸ਼ ਦੇਖ ਕੇ ਗੁਰੂ ਜੀ ਨੇ ਕੁਝ ਸ਼ਬਦ ਗਾਏ ਜਿਨ੍ਹਾਂ ਵਿੱਚ ਉਹਨਾਂ ਨੇ ਤਾਕਤ ਅਤੇ ਫੋਕੀ ਸ਼ਾਨ ਦੀ ਪ੍ਰਾਪਤੀ ਲਈ ਜਾਬਰਾ ਵੱਲੋਂ ਲੋਕਾਂ ਤੇ ਕੀਤੇ ਜਾ ਰਹੇ ਕੈਰ ਦੇ ਵਿਰੁੱਧ ਇੱਕ ਜ਼ਬਰਦਸਤ ਆਵਾਜ਼ ਉਠਾਈ। ਸੈਦਪੁਰ ਵਿੱਚ ਹੋ ਰਹੀ ਪਕੜੋ-ਪਕੜੀ ਵਿੱਚ ਗੁਰੂ ਜੀ ਅਤੇ ਮਰਦਾਨਾ ਵੀ ਕਾਬੂ ਆ ਗਏ ਅਤੇ ਬਾਕੀ ਕੈਦੀਆਂ ਨਾਲ ਨਜ਼ਰਬੰਦ ਕੀਤੇ ਗਏ। ਹੋਰਨਾਵਾਂ ਵਾਂਗ ਉਹਨਾਂ ਨੂੰ ਵੀ ਚੱਕੀ ਪੀਣ ਦੀ ਕਰੜੀ ਸਜ਼ਾ ਦਿੱਤੀ ਗਈ। ਗੁਰੂ ਜੀ ਦਾ ਕੋਮਲ ਹਿਰਦੇ ਕੈਦੀਆਂ ਤੇ ਹੋ ਰਿਹਾ ਇਹ ਅਨਿਆਏ ਬਰਦਾਸ਼ਤ ਨਾ ਕਰ ਸਕਿਆ। ਉਨਾ ਮਰਦਾਨੇ ਨੂੰ ਕਿਹਾ ਮਰਦਾਨਿਆ ਮੇਰੀ ਆਤਮਾ ਮਾਸੂਮ ਲੋਕਾਂ ਤੇ ਇਹ ਜ਼ੁਲਮ ਹੁੰਦਾ ਵੇਖ ਨਹੀਂ ਸਕਦੀ ਧੁਰੋਂ ਬਾਣੀ ਆਈਏ ਜਰਾ ਛੇੜ ਰਬਾਬ ਦੀ ਤਾਰ ਗੁਰੂ ਜੀ ਨੇ ਆਪਣੇ ਹਿਰਦੇ ਦੇ ਦੁੱਖ ਦਿਲਚੀਰ ਮੇ ਪਾਵਾਂ ਵਿੱਚ ਪ੍ਰਗਟਾਵਾ ਕੀਤਾ ਇਹ ਮਹਾਪੁਰਖ ਦੀ ਦਰਦ ਭਰੀ ਆਵਾਜ਼ ਸੁਣ ਕੇ ਬਾਵਰ ਦੇ ਦਿਲ ਤੇ ਡੂੰਘਾ ਅਸਰ ਹੋਇਆ ਅਤੇ ਉਹਨੇ ਗੁਰੂ ਜੀ ਨੂੰ ਕਿਹਾ ਤੁਹਾਡਾ ਹਿਰਦੇ ਬੜਾ ਦੁਖੀ ਜਾਪਦਾ ਹੈ ਦੱਸੋ ਮੈਂ ਤੁਹਾਨੂੰ ਖੁਸ਼ ਕਰਨ ਲਈ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਗੁਰੂ ਜੀ ਨੇ ਕਿਹਾ ਬਾਦਸ਼ਾਹ ਸਲਾਮਤ ਮੈਨੂੰ ਆਪਣੇ ਲਈ ਕਿਸੇ ਚੀਜ਼ ਦੀ ਲੋੜ ਨਹੀਂ ਪਰ ਜੇ ਤੁਸੀਂ ਇੱਕ ਰੱਬ ਦੇ ਬੰਦੇ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਮਾਸੂਮ ਕੈਦੀਆਂ ਨੂੰ ਛੱਡ ਦਿਓ ਬਾਬਰ ਨੇ ਨਾ ਕੇਵਲ ਸਭ ਕੈਦੀਆਂ ਨੂੰ ਛੱਡ ਦਿੱਤਾ ਬਲਕਿ ਗੁਰੂ ਜੀ ਨੂੰ ਆਪਣੇ ਤੰਬੂ ਵਿੱਚ ਆਉਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਬਾਬਰ ਨੂੰ ਕਿਹਾ ਕਿ ਨਹੀਂ ਹੱਥੇ ਲੋਕਾਂ ਤੇ ਜ਼ੁਲਮ ਕਰਨਾ ਬਾਬਰ ਵਰਗੇ ਇੱਕ ਮਹਾਨ ਬਾਦਸ਼ਾਹ ਨੂੰ ਨਹੀਂ ਸੋਭਦਾ ਬਾਬਰ ਦੇ ਮਨ ਤੇ ਗੁਰੂ ਜੀ ਦੇ ਸ਼ਬਦਾਂ ਦਾ ਡੂੰਘਾ ਅਸਰ ਹੋਇਆ ਅਤੇ ਉਸਨੇ ਕਿਹਾ ਮੈਨੂੰ ਅਸੀਸ ਦਿਓ ਕਿ ਮੇਰਾ ਰਾਜ ਭਾਰਤ ਵਿੱਚ ਲੇਰ ਤੱਕ ਕਾਇਮ ਰਹੇ ਗੁਰੂ ਜੀ ਨੇ ਉੱਤਰ ਦਿੱਤਾ ਜੇ ਤੁਸੀਂ ਨਿਆਨ ਨੂੰ ਅੱਖਾਂ ਤੋਂ ਉੱਲੇ ਨਹੀਂ ਕਰੋਗੇ ਹਿੰਦੂਆਂ ਮੁਸਲਮਾਨਾਂ ਨੂੰ ਇੱਕੋ ਜਿਹਾ ਜਾਣੋਗੇ ਸ਼ਰਾਬ ਜੂਏ ਆਦਿ ਤੋਂ